फगवाड़ा दी शाहपुर रोड स्थित दाणा मंडी विच तुहानू हर पार्टी दे दिग्गज नेता आरतियां दे रूप दे विच मिलणगे। फगवाड़ा आरती एसोसिएशन दी इस वार दी चोण जिथे काफी दिलचस्प रही उथे नाल ही इस वार दी चोण दे विच बहुत ही सीनियर आरतीए जो लंबे समय तो इस फील्ड नाल जुड़े ने नरेश भारद्वाज जेतू घोषित होए ने। मेरे नाल नरेश भारद्वाज जी, थोड़ा बहुत बहुत स्वागत। सब तो पहला मेरा सवाल यह सी कि जित थोड़े लिए कितनी मायने रखती है? बहुत ही मायने रखती है, क्योंकि आरतीए एसोसिएशन एक एहोजा वर्ग है कि जिस दे नाल बहुत सारा ਸਾਡਾ ਪੰਜਾਬ ਦਾ ਜੋ ਬੇਸ ਹੈ ਐਗਰੀਕਲਚਰ ਉਹ ਸਾਡੇ ਨਾਲ ਜੁੜਿਆ ਹੋਇਆ, ਇਸ ਕਰਕੇ ਬਹੁਤ ਜ਼ਿਆਦਾ ਮਿਹਨਤ ਰੱਖਦੀ ਹੈ। ਬਤੌਰ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸਾਡਾ ਲੰਬਾ ਤਜਰਬਾ ਰਿਹਾ, ਔਰ ਉਦੋਂ ਵੀ ਆੜ੍ਹਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਦੇ ਲਈ ਤੁਸੀਂ ਯਤਨ ਕੀਤੇ ਆ, ਹੁਣ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਫਿਰ ਮਿਲੀ ਆ, ਕਿਸ ਤਰ੍ਹਾਂ ਪਲੈਨ ਕਰੋਗੇ ਤੁਸੀਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਝੋਨੇ ਦੀ ਫਸਲ ਵੀ ਆ ਰਹੀ ਆ, ਤੋ ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਆੜ੍ਹਤੀਆਂ ਦੀ ਉਹਨਾਂ ਨੂੰ ਕਿਵੇਂ ਹੱਲ ਕਰੋਗੇ? ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਮੈਂ ਆਪਣੇ ਸਮੂਹ ਆੜ੍ਹਤੀਆਂ ਨੂੰ, ਜਿੰਨੇ ਵੀ ਸਾਡੇ ਆੜ੍ਹਤੀ ਭਰਾ ਮੇਰੇ ਹੈਗੇ ਆ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ, ਔਰ ਜਿੰਨੇ ਸਾਡੀ ਸੀਨੀਅਰ ਲੀਡਰਸ਼ਿਪ ਹੈ ਆੜ੍ਹਤ ਦੀ, ਉਹਨਾਂ ਦੇ ਆਸ਼ੀਰਵਾਦ ਦੇ, ਉਹਨਾਂ ਦੇ ਤਜਰਬੇ ਨੂੰ ਨਾਲ ਲੈ ਕੇ ਇਹਨਾਂ ਸਾਰੇ ਆੜ੍ਹਤੀ ਭਰਾਵਾਂ ਦੀਆਂ ਮੁਸ਼ਕਲਾਂ ਹੈ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਲੰਬੇ ਸਮੇਂ ਤੋਂ ਕਾਂਗਰਸੀ ਨੇਤਾ ਹੈ, ਕਾਫੀ ਵੱਡੇ ਲੀਡਰ ਵੀ ਨੇ ਕਾਂਗਰਸ ਦੇ ਤੁਸੀਂ, ਤੇ ਹੁਣ ਸਰਕਾਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਹੈ, ਔਰ ਕਿੰਨਾ ਤੁਹਾਨੂੰ ਫਾਇਦਾ ਹੋਏਗਾ ਇਸ ਵੇਲੇ ਜੋ ਲੋਕਾਂ ਦੀਆਂ ਮੁਸ਼ਕਲਾਂ ਜਾਂ ਖਾਸ ਤੌਰ ਤੇ ਆੜ੍ਹਤੀਆਂ ਭਰਾਵਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਹੱਲ ਲਈ? ਇਹ ਤਾਂ ਬਹੁਤ ਹੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਔਰ ਉਹ ਬਹੁਤ ਹੀ ਇੱਕ ਸੁਲਝੇ ਹੋਏ ਸੀ ਐਮ ਹਨ, ਪ੍ਰੋਕਿਓਰਮੈਂਟ ਦੇ ਵਿੱਚ ਉਹਨਾਂ ਦਾ ਜਿਹੜਾ ਨਾਂ ਜਾਣਿਆ ਜਾਂਦਾ ਹੈ, ਅਤੇ ਸਰਕਾਰ ਮੈਂ ਬਚਪਨ ਤੋਂ ਹੀ ਮੇਰਾ ਪਰਿਵਾਰ ਅਤੇ ਮੈਂ ਅਸੀਂ ਕਾਂਗਰਸੀ ਹਾਂ, ਅਤੇ ਸਾਡੇ ਜੋ ਕਾਂਗਰਸ ਦੀ ਲੋਕਲ ਲੀਡਰਸ਼ਿਪ ਹੈ ਔਰ ਰਾਣਾ ਗੁਰਜੀਤ ਸਿੰਘ ਜੀ ਸਾਡੇ ਡਿਸਟ੍ਰਿਕਟ ਦੇ ਮੰਤਰੀ ਹੈ, ਮੇਰੇ ਅਤੇ ਉਹਨਾਂ ਦੇ ਬਹੁਤ ਪਰਸਨਲ ਤੌਰ 'ਤੇ ਮੇਰਾ ਉਹਨਾਂ ਦਾ ਪਿਆਰ ਵੀ ਹੈ ਔਰ ਮੇਰਾ ਪੋਲੀਟੀਕਲੀ ਮੇਰੇ 'ਤੇ ਉਹਨਾਂ ਦਾ ਆਸ਼ੀਰਵਾਦ ਵੀ ਆ। ਲੋਕਲ ਲੀਡਰਸ਼ਿਪ ਅਤੇ ਉਹਨਾਂ ਦੇ ਆਸ਼ੀਰਵਾਦ ਨੂੰ ਲੈ ਕੇ ਮੈਨੂੰ ਕੋਈ ਵੀ, ਮੈਨੂੰ ਲੱਗਦਾ ਕੋਈ ਸਰਕਾਰੀ ਦੁਆਰੇ ਪ੍ਰੋਬਲਮ ਨਹੀਂ ਆਏਗੀ। ਜਿੱਥੇ ਕੋਈ ਪ੍ਰੋਬਲਮ ਦੀ ਗੱਲ ਹੋਏਗੀ ਇਹਨਾਂ ਲੀਡਰਸ਼ਿਪ ਨੂੰ ਮੈਂ ਨਾਲ ਲੈ ਕੇ ਉਹਨੂੰ ਜਲਦ ਤੋਂ ਜਲਦ ਆੜ੍ਹਤੀਆਂ ਦੀ ਫੇਵਰ ਦੇ ਵਿੱਚ, ਆੜ੍ਹਤੀਆਂ ਦੇ ਭਲੇ ਲਈ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਇਲੈਕਸ਼ਨ ਤੋਂ ਬਾਅਦ ਤੁਹਾਡੀ ਜਿੱਤ ਹੋਈ ਹੈ, ਔਰ ਪਹਿਲਾ ਕਮੈਂਟ ਤੁਹਾਡਾ ਕੀ ਹੈ ਉਸ ਜਿੱਤ ਤੋਂ ਬਾਅਦ? ਸਭ ਤੋਂ ਪਹਿਲਾਂ ਕਮੈਂਟ ਤਾਂ ਇਹ ਹੈ ਵੀ ਮੇਰੇ ਜਿੰਨੇ ਆੜ੍ਹਤੀਆਂ ਵੀਰ ਆ, ਸਾਰੇ ਹੀ ਵੀਰਾਂ ਨੂੰ, ਚਾਹੇ ਮੈਨੂੰ ਕਿਸੇ ਨੇ ਵੋਟ ਪਾਈ ਆ ਚਾਹੇ ਮੈਨੂੰ ਨਹੀਂ ਪਾਈ, ਸਾਰੇ ਮੇਰੇ ਅੱਜ ਦੀ ਡੇਟ ਮੇਰੇ ਲਈ ਇੱਕ ਆ। ਸਾਰਿਆਂ ਨੂੰ ਮੈਂ ਇੱਕ ਨਿਗਾਹ ਦੇ ਨਾਲ ਦੇਖਾਂਗਾ ਔਰ ਸਾਰਿਆਂ ਨੂੰ ਨਾਲ ਲੈ ਕੇ ਜਿਹੜੀਆਂ ਵੀ ਉਹਨਾਂ ਦੀਆਂ ਮੁਸ਼ਕਲਾਂ ਹੈ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਮੰਨਿਆ ਜਾਵੇ ਕਿ ਜਿਹੜੀ ਨਵੀਂ ਕਾਰਜਕਾਰਨੀ ਤੁਸੀਂ ਬਣਾ ਰਹੇ ਹੋ ਉਹਦੇ ਵਿੱਚ ਬਾਕੀਆਂ ਨੂੰ ਵੀ ਜਿਹੜੀ ਆ ਜਗ੍ਹਾ ਦਿੱਤੀ ਜਾਊਗੀ ਉਹਦੇ ਵਿੱਚ? ਮੈਂ ਤਾਂ ਪਹਿਲੇ ਸਭ ਤੋਂ ਉਹਨੂੰ ਕਿਹਾ ਮੇਰੇ ਅੱਜ ਮੈਂ ਹੁਣ ਪ੍ਰਧਾਨ, ਜਿਹਨਾਂ ਨੇ ਮੈਨੂੰ ਵੋਟਾਂ ਪਾਈਆਂ 59 ਬੰਦਿਆਂ ਨੇ, 59 ਨੇ, ਉਹਨਾਂ ਦਾ ਪ੍ਰਧਾਨ ਨਹੀਂ ਮੈਂ ਹੁਣ ਜਿਹੜਾ ਪ੍ਰਧਾਨ ਹੈ। 102 ਵੋਟਾਂ ਸਾਡੇ ਮੰਡੀ ਦੀਆਂ ਹੈਗੀਆਂ, ਸਾਰੇ ਮੇਰੇ ਵੀਰ ਆ ਔਰ ਜਿਹੜੇ ਬਜ਼ੁਰਗ ਆ ਸਾਡੇ ਆੜ੍ਹਤੀਏ ਉਹ ਮੇਰੇ ਸਿਰ ਦੇ ਤਾਜ ਹੈ, ਬਾਕੀ ਜਿਹੜੇ ਮੇਰੇ ਜੰਕਚਰ ਸਾਥੀ ਆ ਸਾਰਿਆਂ ਨੂੰ ਮੈਂ ਨਾਲ ਲੈ ਕੇ ਚੱਲਾਂਗਾ, ਮੇਰੇ ਮਨ ਦੇ ਵਿੱਚ ਕੋਈ ਕਿਸੇ ਦੀ ਕੋਈ ਦੁਰਭਾਵਨਾ ਨਹੀਂ ਹੈ ਨਾ। ਇਹ ਸਨ ਨਰੇਸ਼ ਭਾਰਦਵਾਜ ਜੋ ਕਿ ਨਵਯੁਕਤ ਪ੍ਰਧਾਨ ਨੇ ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੇ, ਜਿੱਥੇ ਉਹਨਾਂ ਨੇ ਆਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਆੜ੍ਹਤੀਆਂ ਭਰਾਵਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਏਗਾ, ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਆਪਣੀ ਕਾਰਜਕਾਰੀ ਬਣਾਉਣਗੇ। ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਕਿ ਜਿਵੇਂ ਤੁਸੀਂ ਕਿਹਾ ਕਿ ਪ੍ਰਸ਼ਾਸਨ ਤੱਕ ਤੁਸੀਂ ਪਹੁੰਚੋਗੇ, ਤੇ ਉਹਦੇ ਲਈ ਬਹੁਤ ਸਾਰਾ ਮਾਧਿਅਮ ਹੈ ਕਿ ਤੁਹਾਡੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ, ਖਾਸ ਤੌਰ ਤੇ MLA ਆ ਜਾਂ MP ਸਾਹਿਬ ਨੂੰ ਜਾਂ ਜਿਹੜੇ ਮਿਨਿਸਟਰ ਨੇ, ਕਿੱਦਾਂ ਕਿੱਦਾਂ ਅਪਰੋਚ ਕਰੂਗੇ? ਮੈਂ ਅਪਰੋਚ ਵਾਲੀ ਤਾਂ ਚਾਹੁੰਦਾ ਜੀ, ਮੈਂ ਉਹਨੂੰ ਪਹਿਲਾਂ ਬੇਨਤੀ ਕੀਤੀ ਕੋਈ ਗੱਲੇ ਨਹੀਂ, ਸਾਹ ਜੋਗਿੰਦਰ ਸਿੰਘ ਮਾਨ ਜੀ ਬੈਠੇ ਸਾਡੇ ਇੱਥੇ, ਸਾਡੇ ਇਸ ਵੇਲੇ ਆਲ ਇਨ ਆਲ ਆ ਉਹ ਕਾਂਗਰਸ ਦੇ ਫਗਵਾੜਾ ਦੇ, ਸਾਡੇ ਇਲੈਕਸ਼ਨ ਵੀ ਉਹਨਾਂ ਨੇ ਲੜਿਆ, ਕੈਬਨਿਟ ਮੰਤਰੀ ਵੀ ਰਹੇ ਆ, ਸਾਹ ਹਰਜੀਤ ਸਿੰਘ ਜੀ ਪਰਮਾਰ ਹੈ ਉਹ ਸੀਨੀਅਰ ਲੀਡਰ ਹੈ ਸਾਡੇ ਇੱਥੇ ਦੇ, ਸੰਤੋਖ ਸਿੰਘ ਜੀ MP ਹੈ, ਮੈਂ ਰਾਣਾ ਗੁਰਜੀਤ ਜੀ ਦੀ ਗੱਲ ਪਹਿਲਾਂ ਕੀਤੀ ਹੈ, ਸਾਰਿਆਂ ਦੇ ਨਾਲ ਮੇਰਾ ਕੋਈ ਅੱਜ ਨਹੀਂ ਆ, ਪਿਛਲੇ 25 ਸਾਲ ਤੋਂ ਬੜਾ ਘਰੇਲੂ ਸੰਬੰਧ ਆ, ਤੇ ਸੋ ਮੈਨੂੰ ਲੀਡਰਸ਼ਿਪ ਦੀ ਲੋਕਲ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ, ਬਲਕਿ ਮੈਂ ਕਹਾਂ ਪੰਜਾਬ ਲੈਵਲ ਤੇ ਵੀ ਕੋਈ ਪ੍ਰੋਬਲਮ ਨਹੀਂ ਆ। ਸੁਨੀਲ ਜਾਖੜ ਜੀ ਦੇ ਨਾਲ ਮੇਰੇ ਬੜੇ ਅੱਛੇ ਰਿਲੇਸ਼ਨ ਹੈ, ਸਾਡੇ ਉਹ ਸੂਬੇ ਦੇ ਪ੍ਰਧਾਨ ਹੈ, ਈਵਨ ਦੈਨ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਕਿਤੇ ਮੈਂ ਮਿਲਣਾ ਹੋਵਾ ਤੇ ਇਹਨਾਂ ਲੋਕਾਂ ਦੇ ਮਾਧਿਅਮ ਮੈਂ ਬੜੇ ਆਰਾਮ ਨਾਲ ਮਿਲ ਸਕਦਾ ਹਾਂ। ਸੋ ਇਹ ਸਨ ਨਰੇਸ਼ ਭਾਰਦਵਾਜ ਜੀ, ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਇਹ ਟਨਿਊਰ ਆੜ੍ਹਤੀ ਐਸੋਸੀਏਸ਼ਨ ਦੇ ਐਜ ਏ ਪ੍ਰੈਜ਼ੀਡੈਂਟ ਬਹੁਤ ਵਧੀਆ ਰਹੇਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।